ਫਰਾਰ ਅੰਮ੍ਰਿਤਪਾਲ ਪੰਜਾਬ ਦੇ ਵਿੱਚ ਹੋ ਸਕਦਾ ਹੈ। ਦਰਅਸਲ ਅੰਮ੍ਰਿਤਪਾਲ ਦੇ ਸਾਥੀ ਪੱਪਲਪ੍ਰੀਤ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਤਸਵੀਰਾਂ 29 ਮਾਰਚ ਦੀਆਂ ਨੇ ਜਿਸ ਦੇ ਵਿੱਚ ਪੱਪਲਪ੍ਰੀਤ ਨਜ਼ਰ ਆ ਰਿਹਾ ਹੈ। ਦਰਅਸਲ ਹੁਸ਼ਿਆਰਪੁਰ ਦੇ ਵਿੱਚ ਪਹਿਲਾਂ ਹੀ ਪੁਲਿਸ ਦੇ ਵੱਲੋਂ ਦੋ ਪਿੰਡਾਂ ਦੇ ਵਿੱਚ ਮੁਸਤੈਦੀ ਵਧਾਈ ਗਈ ਹੈ, ਪਿੰਡ ਫੁਗਲਾਣਾ ਅਤੇ ਮਰਨਾਈਆਂ। ਲੇਕਿਨ ਇਹ ਤਸਵੀਰਾਂ ਤਰਨੋਲੀ ਦੀਆਂ ਦੱਸੀ ਜਾ ਰਹੀਆਂ ਨੇ, ਜੋ ਕਿ ਮਰਨਾਈਆਂ ਪਿੰਡ ਦੇ ਬਿਲਕੁਲ ਨੇੜਲਾ ਪਿੰਡ ਹੈ। ਹੁਣ ਇੱਕ ਵੱਡੀ ਜਿਹੜੀ ਅਪਡੇਟ ਹੈ ਅੰਮ੍ਰਿਤਪਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਉਸਦਾ ਸਾਥੀ ਪੱਪਲਪ੍ਰੀਤ ਹੁਸ਼ਿਆਰਪੁਰ ਦੇ ਵਿੱਚ ਹੀ ਦੇਖਿਆ ਗਿਆ ਹੈ। 29 ਮਾਰਚ ਦੀ ਇਹ ਸੀਸੀਟੀਵੀ ਦੱਸੀ ਜਾ ਰਹੀ ਹੈ। ਹਾਲਾਂਕਿ ਅੰਮ੍ਰਿਤਪਾਲ ਪੱਪਲਪ੍ਰੀਤ ਦੇ ਨਾਲ ਹੀ 18 ਮਾਰਚ ਨੂੰ ਜਦੋਂ ਆਪਰੇਸ਼ਨ ਅੰਮ੍ਰਿਤਪਾਲ ਚੱਲਿਆ ਸੀ, ਉਸਦੇ ਨਾਲ ਹੀ ਪੰਜਾਬ 'ਚੋਂ ਫਰਾਰ ਹੋਇਆ, ਹਰਿਆਣਾ ਦੇ ਸ਼ਾਹਬਾਦ ਪਹੁੰਚੇ, ਫਿਰ ਕੁਰੂਕਸ਼ੇਤਰ ਤੋਂ ਵੀ ਸੀਸੀਟੀਵੀ ਤਸਵੀਰਾਂ ਆਈਆਂ, ਨੇਪਾਲ ਭੱਜਣ ਦੀਆਂ ਵੀ ਖਬਰਾਂ ਸਨ। ਲੇਕਿਨ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਤੋਂ ਇੱਕ ਵੱਡੀ ਤਸਵੀਰ ਅੰਮ੍ਰਿਤਪਾਲ ਦੇ ਨਾਲ ਉਸਦੇ ਸਾਥੀ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਹਾਲਾਂਕਿ ਪੰਜਾਬ ਦੇ ਵਿੱਚ ਚੱਪੇ ਚੱਪੇ 'ਤੇ ਪੰਜਾਬ ਪੁਲਿਸ ਦੇ ਵੱਲੋਂ ਮੁਸਤੈਦੀ ਵਰਤੀ ਜਾ ਰਹੀ ਹੈ, ਨਾਕੇਬੰਦੀ ਕੀਤੀ ਹੋਈ ਹੈ। ਹੁਸ਼ਿਆਰਪੁਰ ਦੇ ਦੋ ਪਿੰਡ, ਖਾਸ ਕਰਕੇ ਫੁਗਲਾਣਾ ਅਤੇ ਮਰਨਾਈਆਂ ਦੇ ਵਿੱਚ ਡੋਰ ਟੂ ਡੋਰ ਸਰਚ ਅਭਿਆਨ ਜਾਰੀ ਹੈ। ਲੇਕਿਨ ਹੁਣ ਇੱਕ ਨਵੀਂ ਸੀਸੀਟੀਵੀ ਅੰਮ੍ਰਿਤਪਾਲ ਦੇ ਸਾਥੀ ਪੱਪਲਪ੍ਰੀਤ ਦੀ ਸਾਹਮਣੇ ਆਈ ਹੈ।